ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਦਲਜੀਤ ਸਿੰਘ ਚੋਢੀ ਮਾਲਪੁਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਆਲ ਇੰਡੀਆ ਸਰਧਰਮ ਸ਼੍ਰੀ ਗੁਪਤਾ ਪੰਜਾਬ ਆਲ ਇੰਡੀਆ ਜੈਪਿੰਗ ਚੈਨਲ ਮੇਨ ਐਡਵਾਈਜ਼ਰ ਅੱਜ ਪਿੰਡ ਜਗਤਪੁਰ ਗੁਰਦੁਆਰਾ ਡੇਰਾ ਸਤ ਸਾਹਿਬ ਡੇਰਾ ਪੇਪਰਾ ਸਾਹਿਬ ਵਿੱਚ ਹਾਜ਼ਰ ਹੋਇਆ ਹਾਂ, ਜਿੱਥੇ ਕਿ ਅੱਜ ਸੰਤ ਮਹਾਂਪੁਰਸ਼ ਆਪਣੇ ਮੁਖਾਰਬੰਦ ਤੋਂ ਜੋੜ ਮੇਲੇ ਬਾਰੇ ਜਾਣੀ ਜਾਣਕਾਰੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋੜ ਮਹਾਰਾਜ ਈਸ਼ਰ ਦਾ ਜੀ ਕੀ ਸਹਿ। ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ 'ਤੇ ਮੈਂ ਜਥੇਦਾਰ ਸੋਢੀ ਸਾਹਿਬ ਅਤੇ ਉਹਨਾਂ ਦੇ ਸਹਿਯੋਗੀ ਜੈ ਭੀਮ ਚੈਨਲ ਤੋਂ ਆਏ ਹੋਏ ਕਾਂਛੀ ਟੀਵੀ ਤੋਂ ਆਏ ਹੋਏ ਜੈ ਭੀਮ ਚੈਨਲ ਵਾਲਿਆਂ ਦਾ ਧੰਨਵਾਦੀ ਹਾਂ, ਜੋ ਕਿ ਸਾਡਾ ਇਸ ਡੇਰੇ ਵਿਖੇ ਡੇਰਾ ਪ੍ਰੇਮਪੁਰਾ ਵਿਖੇ 11 ਅਪ੍ਰੈਲ ਨੂੰ ਸੰਤ ਸਮਾਗਮ ਹੋਣ ਜਾ ਰਿਹਾ ਹੈ, ਇਸ ਦੇ ਲਈ ਵਿਸ਼ੇਸ਼ ਵਾਈਟ ਐਡਵਾਈਸ ਲੈਣ ਆਏ ਹਨ। ਮੈਂ ਇਹਨਾਂ ਦਾ ਦਿਲੀ ਤੌਰ 'ਤੇ ਧੰਨਵਾਦੀ ਹਾਂ। ਇਹ ਡੇਰਾ ਪ੍ਰੇਮਪੁਰਾ ਸ਼੍ਰੀ ਸਤਿਗੁਰੂ ਬੰਦੀ ਛੋੜ ਈਸ਼ਰਦਾਸ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੁਆਰਾ ਸਾਲ 1936 ਵਿੱਚ ਸਥਾਪਿਤ ਕੀਤਾ ਸੀ। ਪਹਿਲਾਂ ਇਸ ਡੇਰੇ ਦੀ ਸੇਵਾ ਸੰਤ ਰਾਮਦਾਸ ਜੀ ਨੂੰ ਸੌਂਪੀ ਸੀ। ਕੁਝ ਸਮਾਂ ਸੇਵਾ ਕਰਨ ਤੋਂ ਬਾਅਦ ਸੰਤ ਰਾਮਦਾਸ ਜੀ ਬ੍ਰਹਮਲੀਨ ਹੋ ਗਏ ਸਨ ਅਤੇ ਉਹਨਾਂ ਤੋਂ ਬਾਅਦ ਇਸ ਡੇਰੇ ਦੀ ਸੇਵਾ, ਇਸ ਡੇਰੇ ਦੀ ਮਹਾਂਤੀ ਸ਼੍ਰੀਮਾਨ 108 ਸੰਤ ਅਰਜਨ ਦਾਸ ਜੀ ਮਹਾਰਾਜ ਜੀ ਨੂੰ ਸੌਂਪੀ ਗਈ, ਜੋ ਕਿ ਆਪਣੇ ਸਮੇਂ ਦੌਰਾਨ ਸੇਵਾ ਕਰਦਿਆਂ 11 ਅਪ੍ਰੈਲ 1971 ਨੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬ੍ਰਹਮਲੀਨ ਹੋ ਗਏ ਸਨ। ਉਹਨਾਂ ਤੋਂ ਬਾਅਦ ਇਸ ਡੇਰੇ ਦੇ ਸੰਚਾਲਕ ਸ਼੍ਰੀਮਾਨ 108 ਸੰਤ ਪਰਗਨ ਦਾਸ ਜੀ, ਜੋ ਦਾਸ ਦੇ ਅਤੇ ਦਾਸ ਦੇ ਗੁਰ ਭਾਈ ਸ਼੍ਰੀਮਾਨ 108 ਮਹੰਤ ਬਰੀਕ ਦਾਸ ਜੀ ਦੇ ਗੁਰੂਦੇਵ ਸਨ, ਉਹ ਆਪਣੇ ਜੀਵਨ ਕਾਲ ਵਿੱਚ ਸੇਵਾ ਕਰਦਿਆਂ 27 ਜੁਲਾਈ 2018 ਨੂੰ ਬ੍ਰਹਮਲੀਨ ਹੋ ਗਏ ਸਨ। ਉਸ ਸਮੇਂ ਤੋਂ ਬਾਅਦ ਇਸ ਡੇਰੇ ਦਾ ਸੰਚਾਲਨ ਸ਼੍ਰੀਮਾਨ 108 ਮਹੰਤ ਅਮਰੀਕ ਦਾਸ ਜੀ, ਜੋ ਦਾਸ ਦੇ ਸੱਜੇ ਹੱਥ ਬਿਰਾਜਮਾਨ ਹਨ, ਸੇਵਾ ਨਿਭਾ ਰਹੇ ਹਨ। ਉਹਨਾਂ ਦੇ ਨਾਲ ਸਮੂਹ ਸੰਗਤ ਦਰਸ਼ਨ ਦੇ ਰਹੀ ਹੈ। ਇਹ ਸੰਤ ਸਮਾਗਮ ਸ਼੍ਰੀਮਾਨ 108 ਮਹੰਤ ਅਰਜਨ ਦਾਸ ਮਹਾਰਾਜ ਜੀ, ਜੋ ਕਿ 11 ਅਪ੍ਰੈਲ 1971 ਨੂੰ ਬ੍ਰਹਮਲੀਨ ਹੋਏ ਸਨ, ਉਹਨਾਂ ਦੀ 51ਵੀਂ ਬਰਸੀ ਨੂੰ ਸਮਰਪਿਤ ਇਹ ਸਾਲਾਨਾ ਸਾਲਾਨਾ ਸੰਤ ਸਮਾਗਮ ਮਨਾ ਰਹੇ ਹਨ। ਇਸ ਵਿੱਚ ਭਾਰਤ ਵਰਸ਼ ਤੋਂ ਸਾਰੀਆਂ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਸ਼ਿਰਕਤ ਕਰਨਗੇ। ਇਸ ਵਿੱਚ ਏਕਤਾ ਦਾ ਪ੍ਰਚਾਰ ਨਾਮ ਬਾਣੀ ਨਾਲ ਜੋੜਿਆ ਜਾਵੇਗਾ। ਤੋ ਇਸ ਸਮੇਂ ਇਹ ਸਮਾਗਮ ਸਮੂਹ ਸੰਗਤ ਦੇ ਸਹਿਯੋਗ ਨਾਲ ਡੇਰਾ ਪ੍ਰੇਮਪੁਰਾ ਪਿੰਡ ਜਗਤਪੁਰ ਬਘੌੜਾ ਵਿਖੇ ਮਨਾਇਆ ਜਾਵੇਗਾ। ਇਸ ਸੰਤ ਸਮਾਗਮ ਵਿੱਚ ਆਈ ਹੋਈ ਸੰਗਤ, ਆਏ ਹੋਏ ਮਹਾਂਪੁਰਸ਼ਾਂ ਨੂੰ ਜੋ ਹੈ ਡੇਰੇ ਵੱਲੋਂ ਲੰਗਰ ਵੀ ਛਕਾਇਆ ਜਾਵੇਗਾ ਅਤੇ ਆਏ ਹੋਏ ਮਹਾਂਪੁਰਸ਼ਾਂ ਨੂੰ ਵਿਸ਼ੇਸ਼ ਤੌਰ 'ਤੇ ਲੰਗਰ ਪੰਗਤ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਉਹਨਾਂ ਦਾ ਪੰਗਤ ਪੂਜਾ ਦੇ ਕੇ ਧੰਨਵਾਦ ਵੀ ਕੀਤਾ ਜਾਵੇਗਾ। ਇਹ ਡੇਰਾ 1936 ਵਿੱਚ ਸਤਿਗੁਰੂ ਬੰਦੀ ਛੋੜ ਈਸ਼ਰਦਾਸ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੁਆਰਾ ਸਥਾਪਿਤ ਕੀਤਾ ਸੀ। ਤੋ ਉਸ ਸਮੇਂ ਤੋਂ ਅੱਜ ਤੱਕ ਸ਼੍ਰੀ ਸਤਿਗੁਰੂ ਬੰਦੀ ਛੋੜ ਈਸ਼ਰਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਦੁਆਰਾ ਇਹ ਡੇਰਾ ਬੜੀ ਧੂਮਧਾਮ ਨਾਲ ਚੱਲ ਰਿਹਾ ਹੈ।
ਸੋ ਮੈਂ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਡੇਰਾ ਮਹਾਰਾਜ ਜੀ ਆਪਣੀ ਕਿਰਪਾ ਦੁਆਰਾ ਇੱਦਾਂ ਹੀ ਚਲਾਉਂਦੇ ਰਹਿਣਗੇ। ਤੋ ਇਸ ਸਮੇਂ ਦਾਸਾਂ ਨੂੰ ਸੇਵਾ ਦਾ ਮੌਕਾ ਮਿਲਿਆ ਹੈ ਜੋ ਕਿ ਸਤਿਗੁਰੂ ਦੀ ਕਿਰਪਾ ਸਦਕਾ ਹੀ ਹੋ ਸਕਦੀ ਹੈ। ਜਿੰਨਾ ਉਹਨਾਂ ਦਾ ਹੁਕਮ ਹੈ ਸੇਵਾ ਦਾ, ਜਿੰਨਾ ਉਹਨਾਂ ਨੇ ਬਲ ਬਖਸ਼ਿਆ ਹੈ, ਉਨਾ ਹੀ ਸੇਵਾ ਦਾ ਸਮਾਂ ਨਿਕਲ ਸਕਦਾ ਹੈ। ਤੋ ਮਹਾਰਾਜ ਜੀ ਬਾਣੀ ਅੰਦਰ ਫਰਮਾਨ ਕਰਦੇ ਹਨ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਸੇਵਾ ਦੇ ਲਈ ਦੋ ਹੀ ਭਲੇ ਹਨ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੰਤ ਇੱਕ ਰਸਤਾ ਹਨ, ਸੰਤ ਦਾ ਕਰਮ ਹੈ ਜੀਵਾਂ ਨੂੰ ਸੇਧ ਦੇਣਾ। ਉਹ ਨਾਮ ਰੂਪੀ ਸ਼ਬਦ ਸੰਗਤ ਨੂੰ ਜੀਵਾਂ ਨੂੰ ਬਖਸ਼ ਕੇ ਸੱਚਾ ਮਾਰਗ, ਸੱਚੇ ਪਰਮ ਪਿਤਾ ਪਰਮਾਤਮਾ ਸਤਿਗੁਰੂ ਨੂੰ ਮਿਲਣ ਦਾ ਰਸਤਾ ਦੱਸ ਦਿੰਦੇ ਹਨ, ਤਾਂ ਜੋ ਜੀਵ ਉਸ ਰਸਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ। ਸੰਤ ਦਾ ਕਰਮ ਇਹੀ ਹੈ। ਔਰ ਰਾਮ ਜੋ ਦਾਤਾ ਮੁਕਤ ਕੋ, ਜੋ ਪਰਮ ਪਿਤਾ ਪਰਮਾਤਮਾ ਹੈ ਉਹ ਮੁਕਤੀ ਬਖਸ਼ ਦਿੰਦਾ ਹੈ, ਭਾਵ ਕਿ ਇਹ ਜਨਮ ਮਰਨਾ ਦੇ ਚੱਕਰਾਂ ਤੋਂ ਰਹਿਤ ਕਰ ਦਿੰਦਾ ਹੈ, ਇਸ ਜੀਵ ਆਤਮਾ ਨੂੰ ਸੱਚਖੰਡ ਦੇ ਵਿੱਚ ਨਿਵਾਸ ਦੇ ਦਿੰਦਾ ਹੈ। ਤੋ ਮੈਂ ਕਾਂਛੀ TV ਜੈ ਭੀਮ ਚੈਨਲ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ, ਨਾਲ ਹੀ ਸਮੂਹ ਸੰਗਤ ਦਾ ਜਿਨ੍ਹਾਂ ਨੇ ਕਿ ਸਾਡੇ ਇਸ ਡੇਰੇ ਦਾ ਸਹਿਯੋਗ ਦੇ ਕੇ ਇਹ ਸੰਤ ਸਮਾਗਮ ਮਨਾਉਣ ਵਿੱਚ ਬ੍ਰਹਮਲੀਨ ਸ਼੍ਰੀਮਾਨ 108 ਸੰਤ ਅਰਜਨ ਦਾਸ ਜੀ ਦੀ 51ਵੀਂ ਬਰਸੀ ਨੂੰ ਮਨਾਉਣ ਵਿੱਚ ਸਮੂਹ ਸਹਿਯੋਗ, ਸਮੂਹ ਨਗਰ, ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਣਾ ਹੈ। ਅੰਤ ਵਿੱਚ ਮੈਂ ਖਿਮਾ ਦਾ ਜਾਚਕ ਹਾਂ ਅਤੇ ਮੈਂ ਆਪਣੇ ਗੁਰ ਭਾਈ ਸ਼੍ਰੀਮਾਨ ਮਹੰਤ 108 ਅਮਰੀਕਦਾਸ ਜੀ ਵੱਲੋਂ ਬੇਨਤੀ ਕਰਦਾ ਹੈ ਕਿ ਆਓ ਸਾਰੇ ਰਲ ਕੇ ਆਪਣੀ ਹਾਜ਼ਰੀ ਲਵਾਈਏ ਅਤੇ ਜਕਾਰੇ ਦੀ ਸਾਂਝ ਪਾਓ। ਇਹ ਸਮਾਗਮ 11 ਅਪ੍ਰੈਲ ਦਿਨ ਸੋਮਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਣਾ ਹੈ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਸਤਿਗੁਰੂ ਦੀ ਬਾਣੀ ਦਾ ਅਤੇ ਸੰਤਾਂ ਦੇ ਦਰਸ਼ਨ ਦਾ ਲਾਭ ਉਠਾਓ ਅਤੇ ਆਪਣਾ ਜੀਵਨ ਸਫਲ ਕਰੋ। ਅੰਤ ਵਿੱਚ ਖਿਮਾ ਦਾ ਜਾਚਕ ਹਾਂ ਮੈਂ ਆਪਣੇ ਗੁਰ ਭਾਈ ਮਹੰਤ ਅਮਰੀਕਦਾਸ ਜੀ ਵੱਲੋਂ ਅਤੇ ਆਪਣੇ ਵੱਲੋਂ ਖਿਮਾ ਮੰਗਦਾ ਹਾਂ ਅਤੇ ਜਕਾਰੇ ਦੀ ਸਾਂਝ ਪਾਓ, ਆਪਣੀ ਹਾਜ਼ਰੀ ਲਵਾਓ। ਬੋਲੋ ਸਾਧੋ ਬੰਦੀ ਛੋੜ ਮਹਾਰਾਜ ਸ਼ਰਦਾ ਜੀ ਕੀ ਸਾਤ ਸਾਹਿਬ, ਹੁਕਮ ਮਹਾਰਾਜ ਜੀ ਕਾ ਸਾਤ ਸਾਹਿਬ, ਸਾਤ ਸਾਹਿਬ, ਸਾਤ ਸਾਹਿਬ। ਠੀਕ ਹੈ ਜੀ, ਦੀਵਾਨ ਹਾਲ ਤੇ ਰਸੋਈ ਘਰ ਦੇਖਣੇ ਵਾਲਾ ਉਸ ਤੋਂ ਬਾਅਦ ਜੋ ਦਰਬਾਰ ਹੈ ਉਹ ਤਾਂ ਰਾਜੇ ਦਰਬਾਰ ਹੈ। ਸੋ ਅਸੀਂ ਦੇਖ ਕੇ ਬੜੇ ਹਾਲ ਆ ਗਏ ਕਿ ਐਡਾ ਬੜਾ ਉਸਦਾ ਲੰਗਰ ਅਤੇ ਦੀਵਾਨ ਹਾਲ ਜੋ ਕਿ ਦਾਸ ਦੇ ਸੱਜੇ ਪਾਸੇ ਪਰਾਜਮਾਨ
ਹੁਸ਼ਿਆਰਪੁਰ ਤੋਂ ਜੋ ਇਸ ਪ੍ਰੋਗਰਾਮ ਖਿੱਚ ਕੇ ਸਮੂਹ ਸੰਗਤ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਦਿਖਾਉਣਗੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਇਹ ਹਾਲ ਤਕਰੀਬਨ ਡੇਢ ਖੇਤ ਦੇ ਵਿੱਚ ਦੋ ਮੰਜ਼ਿਲਾ ਬਣੇਗਾ। ਗਰਾਊਂਡ ਫਲੋਰ ਦੇ ਵਿੱਚ ਸਮੂਹ ਸੰਗਤ ਦਾ ਲੰਗਰ ਲੱਗਿਆ ਕਰੇਗਾ ਅਤੇ ਜੋ ਉੱਪਰਲਾ ਹਾਲ ਪਹਿਲੀ ਮੰਜ਼ਿਲ ਹੋਏਗੀ ਉਸ ਵਿੱਚ ਸਤਸੰਗ ਦੀਵਾਨ ਹਾਲ ਸੰਤ ਮਹਾਂਪੁਰਸ਼ਾਂ ਦੇ ਲੰਗਰ ਵਾਸਤੇ ਉੱਥੇ ਪੰਗਤ ਹੋਵੇਗੀ ਜੋ ਕਿ ਦੂਜੀ ਮੰਜ਼ਿਲ ਹੋਵੇਗੀ ਉਸ ਉੱਪਰ ਕੁਝ ਸਟੋਰ ਅਤੇ ਸੋਲਰ ਪੈਨਲ ਲਗਾਏ ਜਾਣਗੇ ਤਾਂ ਜੋ ਬਿਜਲੀ ਦੀ ਖਪਤ ਘੱਟ ਸਕੇ। ਸਮੂਹ ਸੰਗਤ ਦੇ ਸਹਿਯੋਗ ਨਾਲ ਇਹ ਸਾਰਾ ਕਾਰਜ ਹੋ ਰਿਹਾ ਹੈ। ਦਾਸ ਦੇ ਖੱਬੇ ਹੱਥ ਬਿਰਾਜਮਾਨ ਹਨ ਸਰਦਾਰ ਚਰਨਜੀਤ ਸਿੰਘ ਜੀ ਜੱਸੜ ਜੋ ਕਿ ਕਨੇਡਾ ਤੋਂ ਆਏ ਹਨ। ਇਹ ਵੀ ਤਕਰੀਬਨ ਇੱਕ ਸਾਲ ਤੋਂ ਲਗਾਤਾਰ ਆਪਣੀ ਸੇਵਾ ਕਰ ਰਹੇ ਹਨ, ਡਿਊਟੀ ਨਿਭਾ ਰਹੇ ਹਨ। ਉਹਨਾਂ ਦੇ ਨਾਲ ਸਾਡੇ ਮਹਿਮਾਨ ਸੱਜਣ ਬੈਠੇ ਹਨ ਜੋ ਕਿ ਜਿੱਦਾਂ ਜਿੱਦਾਂ ਕਿਸੇ ਦੀ ਡਿਊਟੀ ਹੈ, ਕੋਈ ਇਲੈਕਟ੍ਰੀਸ਼ਨ ਹੈ, ਕੋਈ ਪਲੰਬਰ ਹੈ, ਕੋਈ ਦੇਖ ਰੇਖ ਕਰ ਰਿਹਾ ਹੈ, ਕੋਈ ਸਰੀਏ ਵਾਲਾ ਹੈ, ਕੋਈ ਮਿਸਤਰੀ ਹੈ, ਜਿਸ ਤਰ੍ਹਾਂ ਸਤਿਗੁਰੂ ਨੇ ਕਿਸੇ ਨੂੰ ਸੇਵਾ ਦਾ ਮੌਕਾ ਬਖਸ਼ਿਆ ਹੈ ਉਹ ਆਪਣੀ ਡਿਊਟੀ ਨਿਭਾ ਰਿਹਾ ਹੈ। ਇਹ ਸਾਰਾ ਕਾਰਜ ਸਮੂਹ ਸੰਗਤ ਦੇ ਸਹਿਯੋਗ ਨਾਲ ਨੇਪਰੇ ਚੜ੍ਹੇਗਾ। ਸਤਿਗੁਰੂ ਕਿਰਪਾ ਕਾਰਨ ਸਾਰੀ ਸੰਗਤ ਨੂੰ ਇਸੇ ਤਰ੍ਹਾਂ ਸੇਵਾ ਦਾ ਅਤੇ ਸਿਮਰਨ ਦਾ ਬਲ ਬਖਸ਼ਦੇ ਰਹਿਣ ਤਾਂ ਜੋ ਕਲਯੁਗੀ ਜੀਵਾਂ ਦਾ ਕਲਿਆਣ ਹੋ ਸਕੇ। ਅੰਤ ਵਿੱਚ ਮੈਂ ਪ੍ਰੈਸ ਵਾਲਿਆਂ ਦਾ ਅਤੇ ਸੰਗਤ ਦਾ ਧੰਨਵਾਦੀ ਹਾਂ ਕਿ ਸਾਲ ਦੇ ਨਾਲ ਇੱਕ ਵੱਡੀ ਰਸੋਈ ਲੰਗਰ ਘਰ ਜੋ ਕਿ ਵੱਡੇ ਭੰਡਾਰਿਆਂ ਦੇ ਵਿੱਚ ਸੰਗਰਾਂਦਾਂ ਦੇ ਵਿੱਚ ਦੀਵਾਲੀ ਨੂੰ ਅਤੇ ਜੋ ਸਾਡੇ ਡੇਰੇ ਦੇ ਤਿੰਨ ਵੱਡੇ ਮਹਾਨ ਸੰਤ ਸੰਮੇਲਨ ਹੁੰਦੇ ਹਨ ਉਹਨਾਂ ਦਾ ਲੰਗਰ ਤਿਆਰ ਹੋਏਗਾ ਅਤੇ ਇੱਕ ਐਤਵਾਰ ਦੇ ਦਿਨ ਅਤੇ ਰੋਜ਼ਾਨਾ ਦੇ ਲੰਗਰ ਘਰ ਵੀ ਤਿਆਰ ਹੋਇਆ ਹੈ। ਤਕਰੀਬਨ ਇਹ ਸਾਰਾ ਕਾਰਜ ਅਕਤੂਬਰ ਮਹੀਨੇ ਦੇ ਲਾਸਟ ਤੱਕ ਸਾਰਾ ਸੰਪੰਨ ਹੋ ਜਾਏਗਾ। ਤੋ ਮੈਂ ਵਿਸ਼ੇਸ਼ ਤੌਰ 'ਤੇ ਇੱਕ ਵਾਰ ਦੁਬਾਰਾ ਫਿਰ ਸਮੂਹ ਸੰਗਤ ਅਤੇ ਕਾਛੀ ਟੀ ਵੀ ਜੈ ਪੀ ਚੈਨਲ ਵਾਲਿਆਂ ਦਾ ਧੰਨਵਾਦੀ ਹਾਂ। ਅੰਤ ਵਿੱਚ ਰੋਹ ਭਾਰਤੀ ਨਿਕਾਰੇ ਦੀ ਸਾਂਝ ਬੋਲੋ ਸਾਧੂ ਬੰਦੀ ਛੋੜ ਮਹਾਰਾਜ ਈਸ਼ਰ ਦਾਨ ਸਾਹਿਬ ਹੁਕਮ ਮਹਾਰਾਜ ਜੀ।